ਐਕਚੁਅਲੀ ਸੋਹੀਆਂ ਰੋਡ 'ਤੇ ਨਾ ਇੱਕ SR ਪੰਪ ਹੈਗਾ, ਉੱਥੇ ਉਹਦਾ ਮਾਲਕ ਹੈਗਾ ਨਵਤੇਜ ਸਿੰਘ ਸਾਨੋ ਬਘੇਲ ਸਿੰਘ ਸੋਹੀਆਂ ਕਲਾਂ। ਅਤੇ ਇਹਨੇ ਕੱਲ੍ਹ ਸ਼ਾਮ 6:30 ਦੀ ਗੱਲ ਹੈ ਕਿ ਇਹਦੀ ਉੱਥੇ ਪੈਟਰੋਲ ਪੰਪ 'ਤੇ ਦੋ ਬਾਈਕ 'ਤੇ ਅਤੇ ਦੋ ਇੱਕ ਜੂਪੀਟਰ ਐਕਟਿਵਾ ਟਾਈਪ ਉਹਦੇ 'ਤੇ ਦੋ ਜਣੇ ਆਏ ਔਰ ਉਹਨਾਂ ਨੇ ਗਨ ਪੁਆਇੰਟ 'ਤੇ ਇਹਦੇ ਕਰਿੰਦੇ ਕੋਲੋਂ 7,150 ਰੁਪਏ ਸਨੈਚ ਕਰ ਲਏ। ਅਤੇ ਉਹਦੇ ਕੰਸਰਨ 'ਚ ਅੱਜ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਅਤੇ ਅਸੀਂ ਹੁਣ FIR ਨੰਬਰ 143 ਅੰਡਰ ਸੈਕਸ਼ਨ 379B 25-27-53-59 ਆਰਮਸ ਐਕਟ ਦੇ ਵਿੱਚ ਅਸੀਂ ਦਰਜ ਕਰ ਲਈ ਹੈ। ਅਸੀਂ ਇਹਦੇ ਵਿੱਚ ਹੁਣ ਮੌਕੇ 'ਤੇ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ, ਉੱਥੋਂ ਦੀ CCTV ਫੁਟੇਜ ਅਸੀਂ ਆਪਣੇ ਕਬਜ਼ੇ 'ਚ ਲੈ ਲਈ ਹੈ। ਉਹਦੇ ਬੇਸਿਸ 'ਤੇ ਅਸੀਂ ਹੁਣ ਅਲੱਗ ਅਲੱਗ ਪਾਰਟੀਆਂ ਬਣਾ ਕੇ ਇਹਨਾਂ ਨੂੰ ਜਲਦੀ ਹੀ ਕਾਬੂ ਕਰ ਲੈਣਾ। ਐਕਚੁਲੀ ਸੋਹੀਆਂ ਰੋਡ 'ਤੇ ਨਾ ਇੱਕ SR ਪੰਪ ਹੈਗਾ, ਉੱਥੇ ਉਹਦਾ ਮਾਲਕ ਹੈਗਾ ਨਵਤੇਜ ਸਿੰਘ ਸਾਨੋ ਬਘੇਲ ਸਿੰਘ ਸੋਹੀਆਂ ਕਲਾਂ। ਅਤੇ ਇਹਨੇ ਕੱਲ੍ਹ ਸ਼ਾਮ 6:30 ਦੀ ਗੱਲ ਹੈ ਕਿ ਇਹਦੀ ਉੱਥੇ ਪੈਟਰੋਲ ਪੰਪ 'ਤੇ ਦੋ ਬਾਈਕ 'ਤੇ ਅਤੇ ਦੋ ਇੱਕ ਜੂਪੀਟਰ ਐਕਟਿਵਾ ਟਾਈਪ ਉਹਦੇ 'ਤੇ ਦੋ ਜਣੇ ਆਏ ਔਰ ਉਹਨਾਂ ਨੇ ਗਨ ਪੁਆਇੰਟ 'ਤੇ ਇਹਦੇ ਕਰਿੰਦੇ ਕੋਲੋਂ 7,150 ਰੁਪਏ ਸਨੈਚ ਕਰ ਲਏ। ਅਤੇ ਉਹਦੇ ਕੰਸਰਨ 'ਚ ਅੱਜ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਅਤੇ ਅਸੀਂ ਹੁਣ FIR ਨੰਬਰ 143 ਅੰਡਰ ਸੈਕਸ਼ਨ 379B 25-27-53-59 ਆਰਮਸ ਐਕਟ ਦੇ ਵਿੱਚ ਅਸੀਂ ਦਰਜ ਕਰ ਲਈ ਹੈ। ਅਸੀਂ ਇਹਦੇ ਵਿੱਚ ਹੁਣ ਮੌਕੇ 'ਤੇ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ, ਉੱਥੋਂ ਦੀ CCTV ਫੁਟੇਜ ਅਸੀਂ ਆਪਣੇ ਕਬਜ਼ੇ 'ਚ ਲੈ ਲਈ ਹੈ। ਉਹਦੇ ਬੇਸਿਸ 'ਤੇ ਅਸੀਂ ਹੁਣ ਅਲੱਗ ਅਲੱਗ ਪਾਰਟੀਆਂ ਬਣਾ ਕੇ ਇਹਨਾਂ ਨੂੰ ਜਲਦੀ ਹੀ ਕਾਬੂ ਕਰ ਲੈਣਾ। ਐਕਚੁਲੀ ਸੋਹੀਆਂ ਰੋਡ 'ਤੇ ਨਾ ਇੱਕ SR ਪੰਪ ਹੈਗਾ, ਉੱਥੇ ਉਹਦਾ ਮਾਲਕ ਹੈਗਾ ਨਵਤੇਜ ਸਿੰਘ ਸਾਨੋ ਬਘੇਲ ਸਿੰਘ ਸੋਹੀਆਂ ਕਲਾਂ। ਅਤੇ ਇਹਨੇ ਕੱਲ੍ਹ ਸ਼ਾਮ 6:30 ਦੀ ਗੱਲ ਹੈ ਕਿ ਇਹਦੀ ਉੱਥੇ ਪੈਟਰੋਲ ਪੰਪ 'ਤੇ ਦੋ ਬਾਈਕ 'ਤੇ ਅਤੇ ਦੋ ਇੱਕ ਜੂਪੀਟਰ ਐਕਟਿਵਾ ਟਾਈਪ ਉਹਦੇ 'ਤੇ ਦੋ ਜਣੇ ਆਏ ਔਰ ਉਹਨਾਂ ਨੇ ਗਨ ਪੁਆਇੰਟ 'ਤੇ ਇਹਦੇ ਕਰਿੰਦੇ ਕੋਲੋਂ 7,150 ਰੁਪਏ ਸਨੈਚ ਕਰ ਲਏ। ਅਤੇ ਉਹਦੇ ਕੰਸਰਨ 'ਚ ਅੱਜ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਅਤੇ ਅਸੀਂ ਹੁਣ FIR ਨੰਬਰ 143 ਅੰਡਰ ਸੈਕਸ਼ਨ 379B 25-27-53-59 ਆਰਮਸ ਐਕਟ ਦੇ ਵਿੱਚ ਅਸੀਂ ਦਰਜ ਕਰ ਲਈ ਹੈ। ਅਸੀਂ ਇਹਦੇ ਵਿੱਚ ਹੁਣ ਮੌਕੇ 'ਤੇ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ, ਉੱਥੋਂ ਦੀ CCTV ਫੁਟੇਜ ਅਸੀਂ ਆਪਣੇ ਕਬਜ਼ੇ 'ਚ ਲੈ ਲਈ ਹੈ। ਉਹਦੇ ਬੇਸਿਸ 'ਤੇ ਅਸੀਂ ਹੁਣ ਅਲੱਗ ਅਲੱਗ ਪਾਰਟੀਆਂ ਬਣਾ ਕੇ ਇਹਨਾਂ ਨੂੰ ਜਲਦੀ ਹੀ ਕਾਬੂ ਕਰ ਲੈਣਾ।